ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਠੀਕ ਠਾਕ ਹੋਵੋਗੇ ਤੇ ਆਹ ਦੇਖ ਲਓ ਸਾਡੇ ਲੈਟਰ ਸਲਾਇਆ ਨੂੰ 20 ਤੋਂ 20 ਕੀ ਦਿਨ ਹੋ ਗਏ ਆ ਤੇ ਹੁਣ ਰੈਡੀ ਹੋ ਗਏ ਆ ਬ੍ਰੋਕਲੀ ਕਹਿੰਦੇ ਆ ਆਹ ਜਿਹੜੀ ਬ੍ਰੋਕਲੀ ਹੋਈ ਲੱਗੀ ਹੋਈ ਆ ਇਹਨੂੰ ਅਜੇ ਲੱਗਣੀ ਆ ਪਰ ਕਾਫੀ ਬੂਟੇ ਵੱਡੇ ਹੋ ਗਏ ਆ ਤੇ ਆਹ ਕਰੇਲਿਆਂ ਦੇ ਬੂਟੇ ਹੋ ਆ ਇਹ ਮੇਥੀ ਆ ਮੇਥੀ ਅਸੀਂ ਇੱਕ ਵਾਰੀ ਵੱਢ ਲਈ ਆ ਉੱਪਰੋਂ ਵੱਢ ਲਈ ਇੱਕ ਵਾਰੀ ਵੱਢ ਕੇ ਸੁਕਾ ਲਈ ਆ ਹੁਣ ਫੇਰ ਕਾਫੀ ਵੱਡੀ ਹੋ ਚੱਲੀ ਆ ਹਾਂ ਤੁਸੀਂ ਦੇਖ ਸਕਦੇ ਦੂਜੀ ਵਾਰੀ ਦੀ ਉੱਗੀ ਆ ਉੱਪਰੋਂ ਵੱਢ ਲਈ ਸੀ ਤੇ ਆਹ ਤਰ੍ਹਾਂ ਉੱਗੀਆਂ ਹੋਈਆਂ ਸਾਰੀਆਂ ਤਰ੍ਹਾਂ ਲੱਗ ਵੀ ਗਈਆਂ ਆਹ ਦੇ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਕਿੰਨੇ ਪਲਾਂਟ ਲੱਗੇ ਹੋਏ ਆ ਬਹੁਤ ਤਰ੍ਹਾਂ ਲੱਗੀਆਂ ਲਾਏ ਖੀਰੇ ਵੀ ਲੱਗੇ ਆ ਲੈ ਖੀਰਿਆਂ ਨੂੰ ਟਾਈਮ ਲੱਗੂ ਥੋੜ੍ਹਾ ਜਿਹਾ ਹਾਂ ਖੀਰੇ ਲੱਗੇ ਆ ਛੋਟੇ ਛੋਟੇ ਲੱਗੇ ਆ ਆਹ ਦੇ ਲੱਗ ਆਹ ਦੇ ਲੱਗੇ ਇਹ ਆਪਾਂ ਅੱਜ ਪੱਟਾਂਗੇ ਤੇ ਅੱਜ ਪੱਟਣੇ ਆ ਸਾਰੇ ਆਪਾਂ ਸੈਰ ਕੇ ਨੂੰ ਪੱਟਦੇ ਵੀ ਦਿਖਾਵਾਂਗੇ ਮੋਟੇ ਮੋਟੇ ਵਿੱਚ ਪੱਟ ਲੈਣੇ ਆਪਾਂ ਆਹ ਗੰਢੇ ਕਿ ਅਸੀਂ ਕੱਲ ਪਰਸੋਂ ਪੱਟ ਲਿਆ ਸੀ ਆਹ ਗੰਢੇ ਆ ਗੰਢੇ ਕਾਫੀ ਅਸੀਂ ਲਾਇਆ ਤੁਸੀਂ ਦੇਖ ਸਕਦੇ ਆ ਗੰਢੇ ਵੀ ਲਾਇਆ ਆਹ ਛੋਲੀਆ ਰੈਡੀ ਹੋ ਗਿਆ ਆਹਦੇ ਆਹਦੇ ਕਾਫੀ ਲੱਗ ਗਏ ਆ ਆਹਦੇ ਆਹਦੇ ਕਿੱਦਾਂ ਲੱਗੇ ਹੋਏ ਛੋਟੇ ਛੋਟੇ ਲੱਗ ਗਏ ਆਹ ਦੇਖ ਕਿੰਨੇ ਲੱਗੇ ਭਰੇ ਪਏ ਆ ਬੀਜਾਂ ਨੇ ਆਹ ਦੇਖ ਆਲੂ ਦੇਖੋ ਆਲੂ ਥੱਲੇ ਪੈ ਗਏ ਆਲਰੇਡੀ ਕਾਫੀ ਲਾਏ ਆਲੂ ਇੱਧਰ ਅਸੀਂ ਕਾਫੀ ਵੱਡੇ ਵੱਡੇ ਹੋ ਗਏ ਆ ਕਮਾਦੀ ਵੇਲ ਆ ਤਾਂ ਜਿਹੜੀ ਆਰੇ ਲੱਗ ਗਏ ਆ ਕਮਾਡਿਆਂ ਦੇ ਬੂਟੇ ਆ ਦੇ ਲੋ ਫੁੱਲ ਇਹਨਾਂ ਨੂੰ 6-6 ਲੱਗੇ ਆ ਇਹ ਹੈਗੇ ਆ ਗੁੱਛੇ ਵਾਲੇ ਟਮਾਟੇ ਇਹ ਵੀ ਟਮਾਟਾ ਹੀ ਆ ਆ ਸ਼ਿਮਲਾ ਮਿਰਚਾਂ ਹੁਣ ਆਹ ਮਿਰਚਾਂ ਹੈਗੀ ਇਹ ਸਾਰੀ ਘਰ ਦੀ ਪਨੀਰੀ ਤਿਆਰ ਕੀਤੀ ਆਹ ਪਤਾਊ ਸਾਰੇ ਸਾਰੀ ਸਿੱਧੀ ਲਾਈਨ ਲਾਈ ਅਸੀਂ ਤੁਸੀਂ ਪਤਾਊਆਂ ਦੀ ਪਤਾਊ ਸਿੱਧੇ ਹੀ ਲਾਏ ਆ ਤੁਸੀਂ ਦੇਖ ਸਕਦੇ ਚਾਰ ਲੈਣ ਚਾਰ ਪੰਜ ਪਤਾਊ ਲਾਏ ਬਾਕੀ ਸਾਰੇ ਖੀਰੇ ਆ ਤੇ ਆਹ ਪੂਤਨਾ ਲਾਇਆ ਹੋਇਆ ਤੇ ਗਰਮੀਆਂ ਬਾਹਰ ਰੱਖਾਂਗੇ ਇਹਨੂੰ ਅਸੀਂ ਕਬੂਤਰੇ ਨੂੰ ਫਿਰ ਜਦੋਂ ਠੰਡ ਆਜੂਗੀ ਇਹਨੂੰ ਅਸੀਂ ਅੰਦਰ ਲੈ ਜਾਵਾਂਗੇ ਤੁਸੀਂ ਵੀ ਇਹਨੂੰ ਡੱਬੇ 'ਚ ਲਾ ਕੇ ਬਾਹਰ ਇਹਦੇ ਨਾਲ ਤੁਸੀਂ ਚਟਨੀ ਵੀ ਬਣਾ ਸਕਦੇ ਆ ਜਦੋਂ ਤੁਸੀਂ ਚਟਨੀ ਬਣਾ ਲਈ ਤੁਸੀਂ ਪਰੌਂਠਿਆਂ ਨਾਲ ਖਾ ਸਕਦੇ ਦਹੀਂ ਦੇ ਨਾਲ ਬਹੁਤ ਸਵਾਦ ਹੁੰਦੀ ਆ ਇਹ ਟਿੰਡੇ ਲਾਏ ਆ ਟਿੰਡਿਆਂ ਦੇ ਵਿੱਚ ਫੁੱਲ ਕੋਈ ਨਿਕਲ ਹੀ ਆਉਂਦਾ ਇਹ ਸਾਰੇ ਰੂੜੀ ਖਾਦ ਨਹੀਂ ਪਾਈ ਰੂੜੀ ਪਾਈ ਹੈ ਕਿਸੇ ਨੂੰ ਇਹ ਖਾਦ ਨਹੀਂ ਪਾਈ ਅਤੇ ਨੈਚੁਰਲ ਚੀਜ਼ਾਂ ਕੀਤੀਆਂ ਰੈਡੀ ਵੇਲਾਂ 3 ਲਾਈਆਂ ਆਹ ਦਵਾਣੇ ਵੀ ਲੱਗ ਗਏ ਆ ਆਹ ਦੇਖੋ ਲੱਗੇ ਹੋਏ ਕਾਫੀ ਵੱਡੇ ਵੀ ਹੋਣੇ ਆ ਆਹ ਲੱਗੇ ਅਤੇ ਤੁਹਾਨੂੰ ਅਸੀਂ ਉਹ ਵੀ ਸ਼ੋਅ ਕਰੂੰਗੇ ਜਦੋਂ ਰੈਡੀ ਹੋ ਗਏ ਇਸ ਪੱਤੇ ਨੂੰ ਆ ਵੀ ਲੱਗ ਗਏ ਆ ਖੀਰੇ ਆਹ ਦੇਖੋ ਖੀਰੇ ਲੱਗੇ ਹੋਏ ਆਹ ਦੇਖੋ ਖੀਰੇ ਲੱਗੇ ਦੇਖੋ ਕਿੱਦਾਂ ਲੱਗੇ ਇੱਥੇ ਵੀ ਲੱਗੇ ਆ ਬਾਅਦ 'ਚ ਵੀ ਲੱਗੇ ਆ ਆਹ ਵੀ ਛੋਲੇ ਲਾਏ ਆ ਇਹ ਪਛੇਤੇ ਜਿਹੇ ਲਾਏ ਆ ਬੀਜੀ ਆ ਸਰੋਂ ਇੰਡੀਆ ਤੋਂ ਲਿਆਂਦੀ ਸੀ ਉੱਗ ਪਈ ਆ ਹਜੇ ਮਾੜੇ ਥੋੜ੍ਹੇ ਦਿਨ ਹੋਏ ਲਾਈ ਨੂੰ ਅਤੇ ਆਹ ਲਾਈਆਂ ਮੂਲੀਆਂ ਦੇਖਦਾ ਕਿਹੜੇ ਪੱਟਣ ਵਾਲੇ ਆ ਦੇਖ ਸਕਦੇ ਅਸੀਂ ਚਾਰ ਪੱਟ ਤੇ ਹੋਣੇ ਹੋਰ ਕਿੰਨੇ ਰਹਿ ਗਏ ਪੱਟੇ ਨੂੰ ਹੋਰ ਕਿੰਨੇ ਰਹਿ ਗਏ ਪੱਟੇ ਇਹਨਾਂ ਪਿਆ ਕਿਹੜੇ ਕਿਹੜੇ ਜਿਹੜੇ ਰੈਡੀ ਹੋਏ ਆ ਉਹੀ ਪੱਟ ਲਏ ਅਸੀਂ ਇਹ ਲਾਲ ਸ਼ਲਗਮ ਕਹਿੰਦੇ ਇਹਨਾਂ ਨੂੰ ਇੱਦਾਂ ਪੱਟ ਹੋ ਗਏ ਅੱਜ ਮੈਂ ਪੱਟ ਗਿਆ ਹੁਣ ਪੱਕੇ ਹੋ ਜਾਣ ਪਹਿਲਾਂ ਇਹ ਮੂਵੀ ਨੂੰ ਤੁਸੀਂ ਪਿਆਰ ਬਹੁਤ ਦਿੱਤਾ ਅਤੇ ਅਸੀਂ ਉਦੋਂ ਵੀ ਕਾਫੀ ਪੋਲੀ ਕੀਤੀ ਜਗ੍ਹਾ ਇਹ ਪੋਲੀ ਕਰਕੇ ਸਬਜ਼ੀਆਂ ਬੀਜੀਆਂ ਅਤੇ ਹੁਣ ਸ਼ਲਗਮ ਅੱਜ ਅਸੀਂ ਪੱਟ ਲਏ ਆ ਇਹ ਦਿਖਾਏ ਤੁਹਾਨੂੰ ਫਾਰਮ ਦੇ ਵਿੱਚ ਹਾਂਜੀ ਤੁਸੀਂ ਦੇਖ ਸਕਦੇ ਆ ਸਕਦੇ ਆ ਦੇਖੋ ਕਿੰਨੇ ਵਧੀਆ ਆਹੀ ਇਕੱਲੀ ਚੀਜ਼ ਖਾਈ ਦੀ ਤੋਂ ਆ ਪੱਤੇ ਨੇ ਖਾਈ ਦੇ ਪਹਿਲਾਂ ਤੁਸੀਂ ਇਹਨਾਂ ਨੂੰ ਸਾਰਾ ਧੋਣਾ ਵਾ ਪਾਣੀ ਦੇ ਨਾਲ ਸਾਰੀ ਮਿੱਟੀ ਇੱਥੋਂ ਲਾਉਣੀ ਆ ਦਵਾਲਿਓ ਮਿੱਟੀ ਲਾ ਕੇ ਫਿਰ ਇਹ ਇਕੱਠ ਹੋਣਗੇ ਤਾਜ਼ੇ ਪੱਟ ਲਏ ਜੇ ਆਪਾਂ ਪਕਾ ਲੈਂਦੇ ਤਾਂ ਕੰਮ ਦੇ ਨਹੀਂ ਰਹਿਣੇ ਸੀ ਹਾਂਜੀ ਇਸ ਕਰਕੇ ਪਹਿਲਾਂ ਹੀ ਪੱਟ ਲਿਆ ਤਾਜ਼ੇ ਤਾਜ਼ੇ
ਪੱਟਿਆ ਦਾ ਵੀ ਤਦੇ ਹੀ ਫਾਇਦਾ ਜੇ ਆਪਾਂ ਇਹਨੂੰ ਟਾਈਮ ਨਾਲ ਬਣਾਵਾਂਗੇ। ਹਾਂਜੀ ਜੇ ਇਹਨਾਂ ਨੂੰ ਬੀਕ ਇੱਕ ਫਰਿੱਜ ਰੱਖੀ ਰੱਖਿਆ ਕੋਈ ਫਾਇਦਾ ਨਹੀਂ। ਇਸ ਕਰਕੇ ਘਰ ਜ਼ਰੂਰ ਸਬਜ਼ੀਆਂ ਲਾਓ, ਪਿੱਛੇ ਲਾਓ ਅਤੇ ਖਾਦ ਘੱਟ ਪਾਓ। ਆਹ ਰੂੜੀ ਲਿਆ ਕੇ ਰੱਖੀ ਹੋਈ ਅਸੀਂ, ਗਾਵਾਂ ਦੀ ਰੂੜੀ ਆ, ਤੁਸੀਂ ਦੇਖ ਸਕਦੇ ਆ, ਗਾਵਾਂ ਦੀ ਰੂੜੀ ਲਿਆਂਦੀ ਅਸੀਂ। ਹੁਣ ਅਸੀਂ ਇਹਨੂੰ ਸਾਫ ਕਰਾਂਗੇ, ਪਹਿਲਾਂ ਪੱਤੇ ਲਾ ਲਈਏ, ਪੱਤੇ ਲਾ ਲੈਣੇ। ਪੱਤੇ ਅਸੀਂ ਲਾ ਕੇ ਹੁਣ ਅਸੀਂ ਆ ਪੱਤੇ ਇੱਥੇ ਰੱਖਣੇ ਆ, ਇਹਨਾਂ ਨੂੰ ਅਸੀਂ ਪਾਣੀ ਦੇ ਨਾਲ ਧੋਣਾ। ਕਈ ਬਹੁਤ ਛੋਟੇ ਹੋਏ ਆ ਤੁਸੀਂ ਦੇਖ ਸਕਦੇ, ਉਹ ਫਿਰ ਥੋੜ੍ਹੇ ਸੀ, ਫਿਰ ਮੈਂ ਕਿਹਾ ਮੁੜ ਕੇ ਇਹਨੂੰ ਕੀ ਕਰਨਾ। ਮੁੰਡਾ ਤਾਂ ਇੱਥੋਂ ਇੰਡੀਆ ਆਇਆ, ਕਨੇਡਾ ਤੋਂ ਮਿਲ ਜਾਂਦੇ ਆ, ਦੁਕਾਨਾਂ ਤੋਂ ਮਿਲ ਜਾਂਦੇ, ਪਰ ਮੈਂ ਕਿਹਾ ਤਾਜ਼ੇ ਜਿਹੜੇ ਆਪ ਬੀਜ ਕੇ ਦੇਖੇ ਨਾ, ਡਿਫਰੈਂਟ ਕੀ ਸਾਰੀ ਚੀਜ਼ ਵੀ ਜ਼ਿਆਦਾ ਸਵਾਦ ਹੁੰਦੀ ਹੈ। ਹਾਂ, ਖਾਦ ਤੋਂ ਬਿਨਾਂ ਤਾਜ਼ੀ ਪੱਟੀ ਆ, ਫਿਰ ਦੇਖਾਂ ਕੀ ਫਰਕ ਇਹਦਾ। ਇੰਡੀਆ ਬਹੁਤ ਬੀਜਦੇ ਹੁੰਦੇ ਸੀ, ਲੈ ਵੀ ਹੁਣ ਪਾਣੀ ਲਿਆ ਧੋ ਲਈ, ਅਤੇ ਪੱਤੇ ਆ ਗਏ ਨਹੀਂ ਮੁੜ ਕੇ, ਆਪਾਂ ਉੱਥੇ ਸੁੱਟ ਦੇਣੇ, ਗਲ ਜਾਣਗੇ ਵਿੱਚੇ ਮਿੱਟੀ 'ਚ। ਜੇ ਇੰਡੀਆ ਹੁੰਦੇ ਤਾਂ ਆਪਾਂ ਪਸ਼ੂਆਂ ਨੂੰ ਪਾ ਦੇਣੇ ਸੀ, ਅਤੇ ਪਸ਼ੂ ਖਾ ਲੈਂਦੇ ਆ ਪੱਤੇ, ਇਹ ਬਹੁਤ ਵਧੀਆ ਹੁੰਦੇ, ਹਰੇ ਹਰੇ ਪੱਤੇ ਆ। ਜਿੱਥੇ ਅਸੀਂ ਕੁਛ ਕਰ ਨਹੀਂ ਸਕਦੇ, ਬਿਕੋਜ਼ ਅਸੀਂ ਇੱਥੇ ਮੱਝਾਂ ਰੱਖ ਨਹੀਂ ਸਕਦੇ, ਤੁਸੀਂ ਉਦੋਂ ਹੀ ਇਕੱਲੇ ਰੱਖ ਸਕਦੇ, ਤੁਹਾਡੇ ਤੋਂ ਫਾਰਮ ਹੈਗਾ, ਫਾਰਮ ਦੇ ਵਿੱਚ ਤੁਸੀਂ ਰੱਖ ਸਕਦੇ। ਇੱਥੇ ਮੱਝਾਂ ਨਹੀਂ ਜ਼ਿਆਦੀਆਂ ਹੁੰਦੀਆਂ, ਗਾਵਾਂ ਜ਼ਿਆਦੀਆਂ, ਮੱਝਾਂ ਨਹੀਂ ਹੈਗੀਆਂ। ਹਾਂਜੀ, ਇਹ ਵੱਛੀਆਂ ਅਤੇ ਵੱਛੇ ਜ਼ਿਆਦੇ, ਗਾਂ ਦਾ ਦੁੱਧ ਜ਼ਿਆਦਾ, ਕਨੇਡਾ 'ਚ ਵੀ ਦੁੱਧ ਆ ਗਾਂ ਦਾ ਜ਼ਿਆਦਾ ਅਤੇ ਅਮੈਰੀਕਾ 'ਚ ਵੀ। ਹੁਣ ਇਹ ਪੱਤੇ ਲਾ ਤੇ ਆ, ਹੁਣ ਧੋ ਲਈਏ। ਹੁਣ ਅਸੀਂ ਇਕੱਲੇ ਇਕੱਲੇ ਧੋਵਾਂਗੇ, ਜਿੰਨੀ ਮਿੱਟੀ ਲੱਗੀ ਅਸੀਂ ਸਾਰੀ ਲਾ ਕੇ ਫਿਰ ਅਸੀਂ ਇਹਦੀ ਸਬਜ਼ੀ ਬਣਾਉਂਗੇ। ਇਨਸਾਫ਼ ਹੋਈ ਜਾਂਦੇ, ਚੰਗੀ ਤਰ੍ਹਾਂ ਸਾਫ਼ ਕਰੋ, ਫਿਰ ਸਾਰੀ ਮਿੱਟੀ ਜਿੰਨੀ ਲੱਗੀ ਉਹ ਸਾਰੀ ਲੱਥ ਜੂਗੀ। ਕਾਫ਼ੀ ਸਾਫ਼ ਕਰ, ਇੰਡੀਆ ਧੋਈਦੇ ਸੀ ਟੋਕਰੇ 'ਚ, ਜ਼ਿਆਦਾ ਹੁੰਦੇ ਸੀ, ਫਿਰ ਇਹਦੇ ਜਿਹੜੀਆਂ ਮੁੱਛਾਂ ਜਿਹੀਆਂ ਹੈਗੀ ਨਹੀਂ, ਸਭ ਵੱਢੀਆਂ ਜਾਂਦੀਆਂ। ਇਹ ਧੋ ਲਏ ਆ ਹੁਣ ਅਸੀਂ, ਅਤੇ ਹੁਣ ਇਹਦੀ ਸਬਜ਼ੀ ਬਣਾਵਾਂਗੇ। ਧੋ ਕੇ ਅਸੀਂ ਪਹਿਲਾਂ ਇਹਨੂੰ ਕੱਟੂਗੇ, ਟਰੱਕ ਵਾਲੀ ਵੀਡੀਓ, ਹੁਣ ਗਾਂਹ ਤੁਹਾਨੂੰ ਹੋਰ ਦਿਖਾਵਾਂਗੇ ਵੀਡੀਓ, ਅਸੀਂ ਹੋਰ ਵੀ ਵੀਡੀਓ ਬਣਾਉਂਗੇ, ਉਹ ਵੀ ਦੇਖਾਂਗੇ, ਤੁਹਾਨੂੰ ਦਿਖਾਵਾਂਗੇ ਤੁਹਾਨੂੰ। ਹਾਂਜੀ, ਅਤੇ ਆਉਣ ਵਾਲੇ ਟਾਈਮ 'ਚ ਸਾਨੂੰ ਇੱਕ ਮਕੈਨਿਕ ਚਾਹੀਦਾ, ਗੁੱਡ, ਜੇ ਕਿਸੇ ਕੋਲ ਮਕੈਨਿਕ ਹੋਵੇ, ਏਸੀ ਭਰਨਾ ਆਉਂਦਾ ਹੋਵੇ ਤਾਂ ਮੈਨੂੰ ਫੁੱਲ ਟਾਈਮ ਚਾਹੀਦਾ, ਅਤੇ ਜਾਂ ਕੋਈ ਬਿਲਡਿੰਗ ਜਿਹਨੂੰ ਕਰਨੀ ਆਉਂਦੀ, ਵਧੀਆ ਬਿਲਡਿੰਗ ਕਰਨੀ ਆਉਂਦੀ ਆ, ਤਾਂ ਮੇਰੇ ਨਾਲ ਰਾਸਤਾ ਕਾਇਮ ਕਰ ਸਕਦਾ, ਆ ਕੇ ਮੇਰਾ ਫੋਨ ਨੰਬਰ ਲੈ ਸਕਦਾ। ਹਾਂਜੀ, ਜੇ ਤੁਸੀਂ ਹੋਰ ਵੀਡੀਓ ਸਾਡੀਆਂ ਦੇਖਣੀਆਂ, ਅਸੀਂ ਬਹੁਤ ਬਣਾਈਆਂ, ਅਸੀਂ ਕਈ ਇੰਗਲਿਸ਼ 'ਚ ਵੀ ਬਣਾਈਆਂ, ਕਈ ਅਸੀਂ ਪੰਜਾਬੀ 'ਚ ਬਣਾਈਆਂ, ਅਸੀਂ ਟਾਇਰ ਟੋਰਾਂ ਦੀ ਬਣਾਈਆਂ, ਟਰੱਕਾਂ ਦੀਆਂ ਬਣਾਈਆਂ, ਅਸੀਂ ਫੋਰਮਾਂ ਦੀਆਂ ਬਣਾਈਆਂ, ਤੁਸੀਂ ਹੋਰ ਕੋਈ ਚੀਜ਼ ਸਿੱਖਣੀ। ਆਹ ਦੇਖ ਜਸਦੀਪ, ਛੋਲੀਆ ਹੋਇਆ, ਆਹ ਦੇ ਕਿੱਦਾਂ ਲੱਗਾ ਹੋਇਆ, ਆਹਦੇ ਤੋੜੇ ਆ, ਸਬਜ਼ੀ ਖਾਊਂਗਾ ਇਹਦੀ ਤੋਂ, ਤੋੜਨਾ ਥੋੜ੍ਹਾ ਜਿਹਾ ਔਖਾ ਵਾ, ਪਰ ਸੀ ਆਹਦੇ ਕਿੰਨਾ ਲੱਗਾ ਹੋਇਆ, ਇੱਧਰਲੇ ਪਾਸੇ ਲੋਕ ਸਾਰਾ ਹੀ ਤੋੜ ਲਿਆ, ਉੱਧਰਲੀ ਸਾਈਡ ਤੋਂ ਕਾਫ਼ੀ ਤੋੜ ਲਿਆ ਵਾ ਮੈਂ। ਹੁਣ ਆਪਾਂ ਇਹਦੀ ਬਣਾਵਾਂਗੇ ਸਬਜ਼ੀ, ਲੱਸੀ ਕਿੱਦਾਂ ਦੀ ਬਣਦੀ, ਓਕੇ ਦੱਸੋ ਸੀ, ਇਹ ਛੋਟੇ ਛੋਟੇ ਕਿੰਨੇ ਸੋਹਣੇ ਆ। ਪੁੱਤ ਮੇਥੀ ਆ, ਅਤੇ ਆਪਾਂ ਇਹਨੂੰ ਤੋੜ ਕੇ ਸਬਜ਼ੀ ਦੇ ਵਿੱਚ ਪਾਵਾਂਗੇ, ਜਿਹੜੀ ਆ ਛੋਲੀਆ ਤੋੜਿਆ ਵਾ, ਸੋ ਇਹਦੇ ਨਾਲ ਆਪਾਂ ਤੜਕਾ ਲਾਵਾਂਗੇ, ਜਿਹਦੇ ਨਾਲ ਕਿ ਸਬਜ਼ੀ ਹੋਰ ਵੀ ਜ਼ਿਆਦਾ ਟੇਸਟ ਬਣੂਗੀ, ਫਰੈਸ਼ ਆ, ਔਰਗੈਨਿਕ ਆ, ਸੋ ਇਹਦੇ ਨਾਲ ਆਪਾਂ ਹੋਰ ਪਾ ਕੇ ਇਹਨੂੰ ਬਣਾਵਾਂਗੇ, ਕੁੱਕ ਕਰਾਂਗੇ। ਤੁਸੀਂ ਅੱਜ ਕਿੰਨੀ ਤੋੜਨੀ ਆ, ਸਾਰੀ ਤੋੜਨੀ? ਨੋ 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 ਨੋ, ਥੋੜ੍ਹੀ ਜਿਹੀ ਪੁੱਤ, ਇਹ ਤਾਂ ਥੋੜ੍ਹੀ ਤੋੜੀ ਦੀ ਹੁੰਦੀ ਆ, ਲਾਈਕ ਤੜਕੇ 'ਚ ਪਾਉਣ ਨੂੰ ਬਸ, ਦੈਟਸ ਇਟ। ਮੈਨੂੰ ਨਾਈਫ ਨਾ ਕੱਟਣੀ ਚਾਹੀਦੀ, ਪਰ ਮੇਰੇ ਕੋਲ ਇੰਨਾ ਨਾਈਫ ਹੈ ਨਹੀਂ ਸੀ, ਸੋ ਫਿਰ ਮੈਂ ਇਹਨੂੰ ਹੱਥ ਨਾਲ ਹੀ ਤੋੜ ਰਹੀ ਹਾਂ। ਤੁਸੀਂ ਕਾਫੀ ਸਬਜ਼ੀਆਂ ਨਾ ਬਣਾ ਸਕਦੇ ਆ, ਇਹਨੂੰ ਹਰੇਕ ਸਬਜ਼ੀ 'ਚ ਪਾ ਸਕਦੇ ਆ, ਹਰੇਕ ਸਬਜ਼ੀ ਦੇ ਵਿੱਚ ਪਾ ਸਕਦੇ ਆ, ਇਹਦੇ ਨਾਲ ਟੇਸਟ ਨਹੀਂ, ਪਰ ਇਹਦਾ ਫਲੇਵਰ, ਇਟਸ ਲਾਈਕ ਅ ਸਪਾਈਸ ਆ ਇੱਕ, ਇਹਦਾ ਫਲੇਵਰ ਬਹੁਤ ਸਵਾਦ ਆ ਵਿੱਚ।
ਕਿਸੇ ਵੀ ਚੀਜ਼ ਚ ਪਾਉਂਦੇ ਹਾਂ। ਅਸੀਂ ਤਿੰਨ ਲਾਈਨਾਂ ਲਾਈਆਂ ਇਹਦੀਆਂ, ਅਸੀਂ ਇੱਕ ਵਾਰੀ ਤਾਂ ਪਹਿਲੀ ਵਾਰ ਤੋੜਤਾ, ਹੁਣ ਦੂਜੀ ਵਾਰੀ ਅਸੀਂ ਤੋੜਨ ਲੱਗੇ ਆ ਇਹਨੂੰ। ਸੈਲਡ ਵੀ ਤੇਰਾ ਖਾਣ ਜੋਗਾ ਹੋ ਗਿਆ, ਹੁਣ ਤੂੰ ਸੈਂਡਵਿਚ ਬਣਾ ਕੇ ਖਾ ਸਕਦਾ ਇਹਦਾ। ਇਹ ਸੈਲਡ ਨਾ ਅਸੀਂ ਵੀਕਐਂਡ ਤੇ ਬਣਾਉਂਗੇ, ਸੈਂਡਵਿਚ ਇਹਦੇ ਨਾਲ ਬਰਗਰ ਬਣਾਉਂਗੇ। ਜਸਦੀਪ ਕੱਲ ਜਿਹੜੇ ਤੂੰ ਸ਼ਲਗਮ ਪੱਟੇ ਸੀ ਨਾ, ਹਾਂਜੀ, ਤੂੰ ਤਾਂ ਡੈਡੀ ਨੇ ਉਹਦੀ ਅੱਜ ਆਪਾਂ ਸਬਜ਼ੀ ਬਣਾਈ ਹੈ। ਅਸੀਂ ਤੁਹਾਨੂੰ ਸ਼ੋਅ ਕਰੋਗੇ ਕਿੱਦਾਂ ਸਬਜ਼ੀ ਇਹਦੀ ਬਣਦੀ। ਆਈ ਡੋਨਟ ਨੋ, ਆਪਾਂ ਫਰਸਟ ਟਾਈਮ ਇਹਦਾ ਫਰੈਸ਼ ਬਣਾ ਰਹੇ ਹਾਂ, ਸੋ ਲੈਟਸ ਸੀ ਕਿੱਦਾਂ ਦਾ ਟੇਸਟ ਆਉਂਦਾ ਵਾ। ਪਹਿਲਾਂ ਇਹਦਾ ਇਹਨਾਂ ਨੂੰ ਪੀਲ ਕਰਨਾ ਪੈਣਾ, ਸਵਾਰ ਕੇ ਵਾਸ਼ ਕੀਤੇ ਆ, ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਸਾਰੇ ਕੱਟਣੇ ਆ, ਕੱਟ ਕੇ ਫੇਰ ਬਾਅਦ ਚੋਂ ਫੇਰ ਸਾਫ਼ ਫੇਰ ਧੋਣੇ ਆ। ਯੂ ਕੈਨ ਐਕਚੁਅਲੀ ਫੀਲ ਲਾਈਕ ਦਿਸ ਕਾਜ਼ ਦੇ ਫਰੈਸ਼ ਆ ਦੇ ਇੱਦੇ ਪੀਲੇ ਹੋ ਜਾਂਦੇ ਲੋਕ। ਬਹੁਤ ਜ਼ਿਆਦਾ ਫਰੈਸ਼ ਆਪਾਂ ਫਰੈਸ਼ ਪੱਟੇ ਆ, ਸੋ ਇੱਦੇ ਇਹਨਾਂ ਦੀ ਸਕਿਨ ਉੱਤੋਂ ਪੀਲ ਹੋਈ ਜਾ ਰਹੀ ਆ, ਸਮੈਲ ਪੂਰੀ ਆ ਰਹੀ ਆ ਜਿੱਦਾਂ ਇੰਡੀਆ ਦੇ ਵਿੱਚ ਨਹੀਂ ਆਉਂਦੀ ਹੁੰਦੀ। ਨਾਈਸ, ਛੋਟੇ ਆ ਕਿ ਵੱਡੇ ਸਾਈਜ਼ ਵਾ? ਇਹ ਛੋਟੇ ਇਸ ਕਰਕੇ ਰਹਿ ਗਏ ਕਿ ਸਾਨੂੰ ਇਹਨਾਂ ਦਾ ਪਹਿਲਾਂ ਪਤਾ ਨਹੀਂ ਸੀ, ਥੋੜ੍ਹੇ ਜ਼ਿਆਦਾ ਸੀਡ ਆ ਜਿਹੜਾ ਥੋੜ੍ਹਾ ਥੋੜ੍ਹੀ ਜਗ੍ਹਾ 'ਚ ਪਾਇਆ ਸੀ, ਸੋ ਇਸ ਕਰਕੇ ਉਹਨਾਂ ਕੋਲ ਸਪੇਸ ਇਨਫ ਨਹੀਂ ਸੀ, ਇਸ ਕਰਕੇ ਪੂਰੀ ਤਰ੍ਹਾਂ ਗਰੋ ਨਹੀਂ ਕਰ ਪਾਏ ਜਿਹੜੇ ਥੋੜ੍ਹੇ ਛੋਟੇ ਆ। ਪਰ ਜਿਹੜੇ ਥੋੜ੍ਹੇ ਜ਼ਿਆਦਾ ਸਪੇਸ 'ਤੇ ਸੀ ਉਹਨਾਂ ਦਾ ਸਾਈਜ਼ ਬਹੁਤ ਸੋਹਣਾ ਹੋ ਗਿਆ। ਤੁਸੀਂ ਉੱਦਾਂ ਵੀ ਧੋ ਕੇ ਪੀਲ ਕਰਕੇ ਖਾ ਵੀ ਸਕਦੇ ਹੋ? ਯਾ, ਜੇ ਤੂੰ ਖਾਣਾ ਚਾਹੁੰਦਾ ਖਾ ਸਕਦਾ। ਇਹਦੀ ਪੀਲ ਇੱਦਾਂ ਹੀ ਉੱਤਰੀ ਜਾਂਦੀ ਆ। ਯੂਜਲੀ ਜਦੋਂ ਤੁਸੀਂ ਸਟੋਰ 'ਚੋਂ ਲਿਆਉਂਦੇ ਆ, ਯੂ ਕੈਨ ਫੀਲ ਲਾਈਕ ਦੈਟ ਕਾਜ਼ ਉਹ ਬਹੁਤ ਦਿਨਾਂ ਦੇ ਪਏ ਹੁੰਦੇ ਆ, ਪਤਾ ਨਹੀਂ ਕਿੱਥੋਂ ਆਏ ਹੁੰਦੇ, ਕਿੰਨੇ ਟਾਈਮ ਦੇ ਹੁੰਦੇ। ਆ ਫਰੈਸ਼ ਹੁੰਦੇ, ਇਹਦੇ ਉੱਤੇ ਕੋਈ ਦਵਾਈ ਨਹੀਂ ਲੱਗੀ ਹੁੰਦੀ, ਕੋਈ ਚੀਜ਼ ਨਹੀਂ ਲੱਗੀ ਹੁੰਦੀ, ਜਸਟ ਤੜਕਾ ਲਾਉਣ ਲੱਗੇ ਬਾਹਰ ਪੱਧਰੇ। ਆ ਤੜਕਾ ਵਾ, ਅਸੀਂ ਕਾਫੀ ਚੀਜ਼ਾਂ ਵਿੱਚ ਪਾਈ ਆ, ਤਾਂ ਬਸ ਪਾਉਣ ਲੱਗੇ ਕੱਟ ਕੇ ਡੰਡਾ। ਆ ਪਹਿਲਾਂ ਗ੍ਰਾਇੰਡ ਕੀਤਾ ਹੋਇਆ ਸੀ, ਪਰ ਤੰਦੂਰ ਠੀਕ ਸੀ। ਕਰਕੇ ਅਸੀਂ ਉਸ ਮਸਾਲੇ ਮਸੂਲੇ ਐਡ ਕਰਨੇ, ਥੋੜ੍ਹਾ ਜਿਹਾ ਟੇਸਟ ਨਾਲੇ ਕਲਰ ਵਧੀਆ ਹੋਵੇਗਾ। ਉਹ ਵਾਸ਼ ਕੀਤੇ ਆ ਇਹ, ਕਾਜ਼ ਥੋੜ੍ਹੀ ਜਿਹੀ ਇਹਨਾਂ ਨੂੰ ਜੇ ਕੁਛ ਹੋਵੇ ਕੱਟਦਿਆਂ ਨੂੰ, ਫਿਰ ਮੈਂ ਪਾਣੀ ਦੇ ਵਿੱਚ ਵਾਸ਼ ਕੀਤੇ ਆ, ਐਂਡ ਥੋੜ੍ਹੀ ਜਿਹੀ ਇਹਦੇ ਵਿੱਚ ਕੌੜਾਪਣ ਵੀ ਹੁੰਦਾ ਵਾ, ਸੋ ਇਹਦੀ ਕੜਤਾ ਨਿਕਲ ਜੂ। ਇਹ ਚੀਜ਼ਾਂ ਬਣਾ ਕੇ ਤਾਂ ਨਹੀਂ ਖਾਂਦੇ, ਮੈਂ ਕਿਹਾ ਆਪਾਂ ਆਪ ਹੀ ਅੱਜ ਤੜਕਾ ਲਾ ਕੇ ਦੇਖਦੇ। ਮੈਂ ਤਾਂ ਜੱਸ ਅੱਜ ਵਿਹਲਾ ਹੀ ਸੀ। ਹਾਂਜੀ, ਅੱਜ ਅਸੀਂ ਤੁਹਾਨੂੰ ਦੱਸੂਗੇ ਕਿੱਦਾਂ ਲਾਈਦਾ ਤੜਕਾ, ਸਬਜ਼ੀ ਕਿੱਦਾਂ ਬਣਾਈ ਦੀ। ਆਪਾਂ ਤਾਂ ਯੂਜਲੀ ਅਸੀਂ ਮਕੈਨਿਕ ਕੰਮ ਕਰਦੇ ਯਾਰਡ 'ਚ, ਟਰੱਕ ਸਾਡੇ ਸਾਰੇ ਠੀਕ ਕਰਦੇ ਹਾਂ, ਜਾਂ ਕਿਸੇ ਟਾਈਮ ਅਸੀਂ ਲੋਡ ਲਾ ਕੇ ਆਉਂਦੇ ਹਾਂ। ਅੱਜ ਅਸੀਂ ਸ਼ਲਗਮਾਂ ਦੀ ਬਣਾ ਰਹੇ ਹਾਂ। ਤੜਕਾ ਥੋੜ੍ਹਾ ਜਿਹਾ ਰਹਿੰਦਾ ਹਜੇ ਕਸਰ ਆ, ਤੁਹਾਨੂੰ ਚਾਹੀਦੀ ਰੈਸਪੀ ਇਹਦੀ ਅਸੀਂ ਥੱਲੇ ਲਿਖੂਗੇ ਕਾਮੈਂਟ 'ਚ, ਤੁਸੀਂ ਜ਼ਰੂਰ ਉਹਨੂੰ ਚੈੱਕ ਕਰੋ। ਤੜਕਾ ਭੁੱਜ ਗਿਆ ਅਤੇ ਹੁਣ ਆਪਾਂ ਵਿੱਚ ਸਬਜ਼ੀ ਕੱਟੀ ਹੋਈ ਵਾਸ਼ ਕੀਤੀ ਹੋਈ ਵਾਸ਼ ਕੀਤੀ ਹੋਈ ਪਾ ਦਈ ਆ। ਆਪਾਂ ਮੇਥੀ ਪਾਈ ਆ, ਕੁੱਟ ਕੇ ਪਾਈ ਆ ਕੁੰਡੇ 'ਚ, ਘਰ ਦੀ ਮੇਥੀ ਪਿੱਛੋਂ ਵੱਢ ਕੇ ਤਾਜ਼ੀ ਪਾਈ ਆ, ਅਤੇ ਗੰਢੇ ਵੀ ਤਾਜ਼ੇ ਪਾਏ ਆ। ਮਿਲ ਤਾਂ ਗੁੱਡ ਹੋਣੀ, ਤੈਨੂੰ ਪਤਾ ਤਾਜ਼ਾ ਮਾਲ ਆ।